ਦੀਵਾਰਾਂ ਪੁਰਾਣੀਆਂ ਹੈ ਜੀ। ਜੀ ਜੀ ਇਹ ਪੁਰਾਣੀ ਦੀਵਾਰਾਂ ਨੇ, ਸਭ ਦੀਵਾਰਾਂ ਪੁਰਾਣੀਆਂ। ਪਰ ਇਹ ਕੋਈ ਮੈਦਾਨ ਟਾਈਪ ਲੱਗਦਾ ਨਾ। ਇੱਥੇ ਮਤਲਬ ਆਪਣੇ ਜਨਵਾਰ ਵਗੈਰਾ ਬੰਨੇ ਹੁਸਨ। ਪਰ ਇਹਦਾ ਵੱਡਾ ਜਿਹੜਾ ਹੈ ਨਾ, ਇਹਦਾ ਕੋਈ ਇਮਕਾਨ ਨਹੀਂ। ਡਿੱਗ ਜਾ ਸਾਰਾ ਕਾਦਾ ਉੱਤੇ। ਗੋਲ ਗੋਲ ਇਹ ਜਿਹੜੀਆਂ ਗਲੀਆਂ ਬਣੀਆਂ ਨੇ, ਤਾਂ ਕਿਹਾ ਇਹ ਗਲੀ ਬਣੀ ਨੇ। ਹਾਂ ਇਹ ਗਲੀ ਹੈ, ਰਹਿਸ਼ ਹੈ, ਗਲੀ ਬਣੀ। ਕਿੰਨਾ ਪੁਰਾਣਾ ਦਰਵਾਜ਼ਾ ਲੱਗਾ ਜੀ? ਕਿੰਨਾ ਪੁਰਾਣਾ ਹੁਣ ਹੀ ਕਰਨ ਲੱਗੇ ਆ। ਖਜੂਰਾਂ ਵਾਲੇ ਨੇ ਲਾਇਆ। ਉਹ ਸਾਹਮਣੇ ਕਿਲਾ ਹੈ, ਉਧਰ ਹੀ ਜਾ ਰਹੇ ਸਾਹਮਣੇ ਕਿਲੇ ਪੇ। ਇਨ ਜਗ੍ਹਾ ਪੇ ਹਜ਼ਰੀ ਇਸਲਾਮ ਰਹਿਤੇ ਥੇ। ਖੁਸ਼ ਨਸੀਬ ਲੋਕ ਹੈ ਜੋ ਇਸ ਜਗ੍ਹਾ ਕੀ ਜ਼ਿਆਰਤ ਕਰਤੇ ਹੈ। ਅੱਲਾਹ ਪਾਕ ਹਰ ਕਿਸੀ ਮੋਮਨ ਕੀ ਦਿਲ ਕੀ ਖਵਾਹਿਸ਼ ਪੂਰੀ ਕਰੇ ਔਰ ਇਹ ਜਗ੍ਹਾ ਨਸੀਬ ਕਰੇ। ਦੇਖਣਾ ਇਹ ਦਰਵਾਜ਼ੇ ਲੱਗ ਪਏ, ਦੇਖੇ ਇਹ ਛੋਟੀ ਛੋਟੀ ਗਲੀਆਂ ਬਣੀ ਹੋਈ ਹੈਂ। ਅਭੀ ਤੋ ਕਾਫੀ ਪੁਰਾਣੀ ਜਗ੍ਹਾ ਹੈ, ਦੀਵਾਰੇ ਗਿਰ ਗਈ ਹੈ, ਘਰ ਟੁੱਟ ਗਏ। ਉਹ ਸਾਹਮਣੇ ਸਾਹਮਣੇ ਵੀ ਆਪਕੋ ਕਿਲਾ ਦਿਖਾਤੇ, ਉਹ ਸਾਹਮਣੇ ਬਿਲਕੁਲ ਸਾਹਮਣੇ ਆਪ ਦੇਖ ਸਕਦੇ ਹੈ। ਯਹਾਂ ਵੀ ਹਮਾਰੇ ਮੋਹਰਾ ਦੀ ਸਰਕਾਰ ਰਹਿਤੇ ਥੇ। ਮਾਸ਼ਾ ਅੱਲਾਹ, ਅੱਲਾਹ ਪਾਕ ਨੇ ਆਪਣੇ ਦਰ ਪੇ ਬੁਲਾਇਆ ਹਮੇ। ਇਨਸ਼ਾਅੱਲਾ ਇਹ ਵੀਡੀਓ ਦੇਖ ਕੇ ਆਪਕੋ ਦਿਲ ਕੋ ਸਕੂਨ ਹੋ ਗਿਆ। ਇਨਸ਼ਾਅੱਲਾ ਕਈ ਐਸੇ ਮੋਮਨ ਭਾਈ ਹੈ ਜਿਨ੍ਹਾਂ ਨੇ ਇਹ ਵੀਡੀਓ ਨਹੀਂ ਦੇਖੀ ਹੋਈ। ਇਹ ਘਰ ਦੇਖੇ, ਇਹ ਦਰਵਾਜ਼ੇ ਲੱਗੇ ਮੈਂ ਬਹੁਤ ਸਾਹਮਣੇ ਆਇਓ ਮੇਰਾ ਮੋਲਾ। ਇਹ ਕੂਹਾਂ ਚੱਕਰ ਹੈ, ਇਸ ਮੇਂ ਅਭੀ ਵੀ ਪਾਣੀ ਮੌਜੂਦ ਹੈ। ਆ ਜਾਓ ਆ ਜਾਓ। ਇਹ ਲੱਕੜ ਦੇਖੇ ਜੋ ਛੱਤਾਂ ਕੇ ਉੱਪਰ ਡਲਤੀ ਹੈ। ਇਹ ਘਰ ਬਣੇ ਹੋਏ ਦੇਖੇ। ਆ ਜਾਓ ਉਮਰ, ਇਹ ਘਰ ਬਣੇ ਬੜੇ ਪਿਆਰੇ ਘਰ ਬਣੇ ਮਾਸ਼ਾਅੱਲਾ। ਜੀ ਜੀ ਆ ਗਿਆ, ਮੈਂ ਵੀਡੀਓ ਬਣਾ ਰਹਾ ਹੂੰ ਆਪਣੇ ਮੋਮਨ ਭਾਈਓ ਕੇ ਲੀਏ। ये उस दौर की लकड़ है, ये देखें, ये देखें।
یا علی او کندوری والا پار پھر دے پے اگے تکیے سے پتہ لگ گیا کہ کتھوں لگنا किला बने एक किला आ गए ये मेरे मौला ये देखे सारे घर ये अभी इन पे कोई नाम नहीं लिखे हुए घरों पे कुछ भी नहीं है ये आप नहीं बता सकते ये किसका घर है और ये किसका है ये आप नहीं बता सकते ये सब मोमन भाई वीडियो देखना ये भी बैक साइड पे बाग बना हुआ है खजूरों का दो मिनट भाई जान दो मिनट आओ जी आओ मेहरबानी बहुत शुक्रिया सोनी वो सामने घर देखें صديق ترى ما في لوب تحت يجيب انت يعود كفل اي فلوس Thank you.
पेशावर वाले आया हो जल्दी। किला खैबर है ये बाग खजूरों का। ये बहुत बड़ा एरिया सी है तीन कोल ये बाग है सारे खजूरों के। असीम भाई बहुत गर्मी है यार सऊदी अरेबिया में, बिल्कुल वीरान सा एरिया है बिल्कुल। सारे घर बने हैं, ये सारे वीरान घर हैं पुराने टाइम के। जी जी मेरे हाल च इतनी अग लगी थी मेरे हाल च मुबशर भाई ए दरख्त सारे काले हुए तो लाने खजूर के दरख्तों केले के दरख्तों स्पेशल लगती है।